ਬੀਤੇ ਦਿਨ ਇੱਕ ਸਤਿਕਾਰਯੋਗ ਸ਼ਖਸੀਅਤ ਸਰਦਾਰਨੀ ਸੁਦਰਸ਼ਨ ਕੌਰ ਬੇਦੀ ਜੀ, ਸਵਰਗੀ ਪਤੀ ਸਰਦਾਰ ਵਰਿਆਮ ਸਿੰਘ ਬੇਦੀ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੀ ਆਤਮਿਕ ਸ਼ਾਂਤੀ ਦੇ ਰੱਖੇ ਗਏ ਪਾਠ ਦੇ ਭੋਗ ਸ਼੍ਰੀ ਚੰਦ ਜੀ ਸਾਹਮਣੇ ਯੁਵਰਾਜ ਗਾਰਡਨ ਬਟਾਲਾ ਰੋਡ ਡੇਰਾ ਬਾਬਾ ਨਾਨਕ ਵਿਖੇ ਪਾਏ ਗਏ। ਉਹ ਆਪਣੇ ਪਿੱਛੇ ਆਪਣੇ ਪਰਿਵਾਰ ਪੁੱਤਰ ਐਡਵੋਕੇਟ ਪਰਮਜੀਤ ਸਿੰਘ ਬੇਦੀ, ਪ੍ਰਧਾਨ ਨਗਰ ਕੌਂਸਲ ਡੇਰਾ ਬਾਬਾ ਨਾਨਕ, ਸਰਦਾਰ ਮਨਦੀਪ ਸਿੰਘ ਬੇਦੀ ਜੈਲਦਾਰ USA, ਅਸ਼ਵਨੀ ਨੰਦਾ ਜਵਾਈ, ਡਾਕਟਰ ਗਗਨਵੀਰ ਸਿੰਘ ਬੇਦੀ ਪੋਤਰਾ, ਪਰਮੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਬੇਦੀ, ਯੁਵਰਾਜ ਸਿੰਘ ਬੇਦੀ, ਕੁਦਰਤ ਬੇਦੀ, ਮਨਦੀਪ ਸਿੰਘ ਬੇਦੀ, ਸਤਿੰਦਰ ਬੇਦੀ, ਸਹਿਜ ਬੇਦੀ, ਮਨਮੀਤ ਬੇਦੀ ਜੀ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ। ਬੇਨਤੀ ਕਰ ਰਿਹਾ ਹੈ ਕਿ ਇਹ ਜਿਹੜਾ ਆਨੰਦ ਕਾਰਜ ਜਾਂ ਵਿਆਹ ਹੁੰਦਾ ਹੈ ਨਾ,
ਇਹ ਦੋ ਸਰੀਰਾਂ ਦਾ ਮਿਲਾਪ ਨਹੀਂ ਹੁੰਦਾ, ਇਹ ਦੋ ਮਨਾਂ ਦਾ ਮਿਲਾਪ ਹੁੰਦਾ ਹੈ। ਪਤੀ ਤੇ ਪਤਨੀ ਦਾ ਮਨ ਮਿਲ ਜਾਵੇ ਤੇ ਦੁਨੀਆਂ 'ਚ ਇਹਦੋਂ ਵੱਡਾ ਸਵਰਗ ਨਹੀਂ ਹੈ, ਤੇ ਪਤਨੀ ਤੇ ਪਤੀ ਦਾ ਮਨ ਨਾ ਮਿਲੇ ਤੇ ਦੁਨੀਆਂ 'ਚ ਇਹਦੋਂ ਵੱਡਾ ਨਰਕ ਕੋਈ ਨਹੀਂ ਹੈ। ਤੇ ਧੰਨ ਬਾਬਾ ਨਾਨਕ ਜੀ ਕਹਿੰਦੇ ਹਨ, ਬਾਬੁਲ ਕੇ ਘਰ ਬੇਟੜੀ ਬਾਲੀ ਬਾਲੇ ਹੈ। ਕਹਿੰਦੇ ਬਾਬਲ ਦੇ ਘਰ ਧੀ ਜਿਹੜੀ ਉਹ ਗੁੱਡੀ ਗੁੱਡਿਆਂ ਨੂੰ ਪਿਆਰ ਕਰਦੀ ਹੈ, ਪਰ ਇੱਕ ਸਮਾਂ ਆਉਂਦਾ ਹੈ ਉਸ ਧੀ ਨੂੰ ਆਪਣੇ ਘਰ ਵਿੱਚੋਂ ਵਿਦਿਆ ਹੋਣਾ ਪੈਂਦਾ ਹੈ। ਉਹਨੇ ਮਤਲਬ ਕੀ ਲਿਖਿਆ ਹੈ, ਉਹ ਕਹਿੰਦਾ ਹੈ, ਤੁਰ ਜਾਵਣ ਇੱਕ ਵਾਰ ਤੇ ਮਾਮਾ ਲੱਭਦੀਆਂ ਨਹੀਂ, ਐਡੀਆਂ ਕੂੜੀਆਂ ਛਾਵਾਂ ਜਗ ਤੇ ਲੱਭਦੀਆਂ ਨਹੀਂ, ਐਡੀਆਂ ਕੂੜੀਆਂ ਛਾਵਾਂ ਜਗ ਤੇ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਮਾ ਲੱਭਦੀਆਂ ਨਹੀਂ, ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਪੁੱਤਰ ਭਾਵੇਂ ਲੱਖ ਜਹਾਨ ਤੇ ਮੰਦਾ ਚਾਲੀ
गुरुदया करे सुख दाता हम लाय अपन पाली हम अंदले अंद बिख बिखराती क्यों चल है गुर चाली सात गुर दया करे सुख दाता हम लाय अपन पाली गुर सिख मीत चलो गुर चाली जन नानक संगत साध हर मेलो हम साध जना पगराली जन नानक संगत साध हर मेलो हम साध जना पगराली वाहे गुरु जी का खालसा वाहे गुरु जी की फतेह। महाराज जी हजूरी बैठे सारे कदरते सज्जन श्री वाहेगुरु जी का खालसा श्री वाहेगुरु जी की फतेह। आज ही सारे ही बहुत दुख की घड़ी बेदी परिवार दुख साझा करने आए हैं और बाबा भाग सिंह जी बेदी साहब जिन्हां लई महाराज सुदर्शन बेदी जी नौ बन के घर प्रवेश किया और सरदार बलराम सिंह डिप्टी कलैक्टर डेरा बाबा नानक बेदी साहब जी दे पत्नी दे रूप और डेरा बाबा नानक बेदी परिवार च विचरे और सरदार बलराम सिंह जी और उन्होंने पिता जी भाग सिंह बेदी जी डेरा बाबा नानक दी उस वक्त केंद्र कहांदे सरदार बलराम सिंह जी दे भाई भाई मिलन ना गए पत्नी सुदर्शन बेदी जी जिन्हां दे बेटे परवीर सिंह बेदी एडवोकेट ते मनदीप सिंह बेदी एडवोकेट उन्हां दे नाल दुख साझा करन लई माता नूं सच्चियां श्रद्धांजलियां देण लई इत्थे सारे इकत्र होए हां। जिदा गरीब साहब ने दसिया सरदार बलराम सिंह जी बहुत ही वधिया सुभा दे सन पर समय तो पहला सानू ते शहर वासियां नू विछोड़ा दे गए। शहर दे विच उन्हां ने जिदा ਵਧੀਆ ਨੌਕਰੀ ਡਿਪਟੀ ਡਾਇਰੈਕਟਰ ਟਿਊਬਲ ਕਾਰਪੋਰੇਸ਼ਨ ਦੀ ਕੀਤੀ ਉਸ ਦੇ ਨਾਲ ਹੀ ਸਾਰਾ ਸ਼ਹਿਰ ਉਹਨਾਂ ਨੂੰ ਯਾਦ ਕਰਦਾ ਹੈ ਉਹਨਾਂ ਦੀਆਂ ਕੰਮਾਂ ਨੂੰ ਤੇ ਸ਼ਹਿਰ ਦੇ ਵਿੱਚ ਇੰਨੀਆਂ ਨੌਕਰੀਆਂ ਮੰਤਰੀ ਵੀ ਨਹੀਂ ਦੇ ਸਕਦੇ ਜਿਹੜੀਆਂ ਉਹਨਾਂ ਨੇ ਆਪਣੇ ਮਹਿਕਮੇ ਦੇ ਵਿੱਚ ਦਿੱਤੀਆਂ। ਉਹ ਲੋਕੀ ਸ਼ਹਿਰਦਾਰ ਹੁਣ ਵੀ ਉਹਨਾਂ ਦੇ ਬੇਟੇ ਮਨਦੀਪ ਸਿੰਘ ਦੇ ਨਾਲ ਤੇ ਬੜਾ ਔਖਾ ਲੱਗਦਾ ਹੈ ਜਦੋਂ ਕਿਸੇ ਆਪਣੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਕਿਹਾ ਜਾਂਦਾ ਹੈ। ਅੱਜ ਅਸੀਂ ਜਿੱਥੇ ਸਾਰੇ ਹੀ ਮਾਤਾ ਸੁਦਰਸ਼ਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਉੱਥੇ ਮੈਂ ਸਮਝਦਾ ਮੈਂ ਆਪਣੀ ਮਾਤਾ ਸਮਾਨ ਅੰਮੀ ਜਿਨ੍ਹਾਂ ਨੂੰ ਮੈਂ ਹਮੇਸ਼ਾ ਹੀ ਅੰਮੀ ਜੀ ਕਹਿ ਕੇ ਬੁਲਾਇਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਇਆ। ਮੇਰਾ ਬਚਪਨ ਤੇ ਪਰਮੀਤ ਸਿੰਘ ਬੇਦੀ ਜੋ ਅੱਜ ਸ਼ਹਿਰ ਦੇ ਪ੍ਰਧਾਨ ਹਨ ਸਾਡਾ ਬਚਪਨ ਇਕੱਠਿਆਂ ਦਾ ਬੀਤਿਆ ਮੈਨੂੰ ਅੱਜ ਬੈਠਿਆਂ ਉਹ ਸਾਰੀ ਇੱਕ ਰੀਲ ਦੀ ਤਰ੍ਹਾਂ ਪਿਕਚਰ ਮੇਰੀਆਂ ਅੱਖਾਂ ਦੇ ਸਾਹਮਣੇ ਲੰਘੀ। ਅਸੀਂ ਬਚਪਨ ਵਿੱਚ ਬੜੀਆਂ ਝਿੜਕਾਂ ਖਾਧੀਆਂ ਮੈਂ ਤੇ ਪਰਮੀਤ ਨੇ ਅੰਮੀ ਜੀ ਦੀਆਂ ਔਰ ਮੈਂ ਸਮਝਦਾ ਹਾਂ ਬੜਾ ਹੀ ਪਿਆਰ ਜਿੱਥੇ ਪਰਮੀਤ ਨੂੰ ਮਿਲਿਆ ਉੱਥੇ ਮੇਰੇ ਨਸੀਬਾਂ ਵਿੱਚ ਵੀ ਇਸ ਮਾਂ ਦਾ ਪਿਆਰ ਮੈਨੂੰ ਅਥਾਹ ਮਿਲਿਆ। ਇਸ ਮਾਂ ਦੀਆਂ ਰੋਟੀਆਂ ਖਾਧੀਆਂ ਮੈਂ
अनेक आवाज याद आ रही सन। याद आया सी बाबा वरियाम सिंह जी का, वह समा बड़ा औखा समा सी, वह भी बाबा वरियाम सिंह विच भी आया। लोग कहते सन बाबा वरियाम सिंह शहर छड़ जाएगा। मैनू याद है उदो एक अम्मी मार सी साडी जिन्हां ने जिथे बाबा वरियाम सिंह चट्टान वांगू मजबूत किया और पिछे चट्टान वांगू खड़े होए और इस अनेक अनेरिया का मुकाबला कर रहे। जे मैं समझना बाबा सत्कार जो माता जी की अंतम अरदास से शामिल हो रहे साहिब श्री गुरु ग्रंथ साहिब जी चरण चरण बैठे गुरु सारी सत्संग जी वाहिगुरु जी का खालसा वाहिगुरु जी की फतेह। मौत एक गल सच्चाई है ते जो भी जीव इस दुनिया से आया उस अकाल पुरख वालों नियत समा पूरा करके संसार तो चलेगा। मनुख किन्नी भी उम्र बतीत कर दे पर माता पिता का इस तरह का रिश्ता कि जदों भी जाने तो बधाई है। अज विज्ञान का युग है, हर खेत्र में विज्ञान ने बड़ी तरक्की की, सेहत विज्ञान में भी, पर कोई ये नहीं दस सकया कि मनुख ने इस दुनिया को जाना कर एक कुदरती भेत है। तो मैं समझना इसे भेत न ही इस सृष्टि की सारा कारोबार चल रहा। वालीए को लालन तान तान साहब श्री गुरु ग्रंथ साहब महाराज जी की पावन गोद विच विछड़ चुकी आत्मा परताई अरदास करने एकत्र हुई सत्संग जीओ। रसना पवित्र करो, फतेह बुलाओ। वाहेगुरु जी का खालसा, वाहेगुरु जी की फतेह। अज तो कुछ दिन पहला साढ़े अति सत्कार योग माता जी इस नासवान संसार नूं सदा सदा लई अलविदा कह के उस अकाल पुरख की अनंत शक्ति विच लीन हो गए जिन्हां निमित धुर की वाणी के अखंड जाप होए। अपरंत गुरु साहब जी के चरणों में आत्मक शांति लई अरदास बेनती की गई। अज माता सुदर्शन कौर जी नूं श्रद्धा के फुल भेंट करने सारे इकट्ठे हुए। वाकई जिवें कुलजीत सिंह बेदी दस के गए ने इस घर की तरक्की ये कोई सब तो वड्डा योगदान है इन्हां दी माता दा। असीं छोटे हुंदे सी सरदार वरियाम सिंह इन्हां दी माता जी मेरे भी ना बहुत ज्यादा उन्हां दे नाल प्यार सी ते वाकई जदों ये दोनों आउंदे सी ते इन्हां नूं वीर ने इह वी कहना कि अज सीता नाम ते सीता तुरे हुए। सरदार वरियाम सिंह होनी वाकई एक नेक इंसान से, मैं तो जो छोटा सा मेरा बहुत नहीं इन्ना दिया पर जिहड़ियां जो उन्होंने गल सुनी जी इन्हां बच्चों मैं अपनी माता को श्रद्धा के फुल भेंट करता और वाहेगुरु के पास करता कि परिवार शादी करा जाए। वाहेगुरु जी का खालसा, वाहेगुरु जी का गुरु ग्रंथ साहब जी की हजूरी सारी साध संगत, वाहेगुरु जी का खालसा, वाहेगुरु जी की फतेह। मैं अज सारे ही आए हुए सज्जनों का, दोस्तों मित्रों का, रिश्तेदार का, साडे शहर वासियों का, इलाका वासियों का तह दिलों धन्यवाद करता हाँ जिन्होंने इस दुख की घड़ी जाके साडे परिवार के दुख की घड़ी शामिल होए ने। इन्ना ही कहना होया कि माता जी चखां, वाहेगुरु जी का खालसा, वाहेगुरु जी की फतेह।
Thank you.
Sonne de Bali, Sonne de Bali.
ਭਗਤ ਫਰੀਦ ਜੀ ਕਹਿੰਦੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਤੇ ਲਾਹੇ ਭਰਾਂਦ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀ ਰਾਮਦ। ਭਗਤ ਫਰੀਦ ਜੀ ਦਰਵੇਸ਼ ਦੀ ਗੱਲ ਕਰਦੇ ਆ ਕਿ ਦਰਵੇਸ਼ ਕੌਣ ਹੁੰਦਾ ਹੈ? ਗੁਰੂ ਗ੍ਰੰਥ ਸਾਹਿਬ ਸੰਗਤ ਜੀ, ਕਿਉਂਕਿ ਇਹ ਭਾਣਾ ਵਾਪਰਿਆ ਹੈ ਤੇ ਵਿਦਵਾਨ ਗੱਲ ਕਹਿੰਦੇ ਵੀ ਇਹ ਭਾਣਾ ਜਿਹੜਾ ਹੈ ਦੁੱਖ ਵੇਲੇ ਵੀ ਵਾਪਰਦਾ ਹੈ, ਜਨਮ ਵੇਲੇ ਵੀ ਵਾਪਰਦਾ ਹੈ। ਜਿਹਦੇ ਕੋਲ ਜ਼ਿੰਦਗੀ ਚ ਵਿਚਰਦਿਆਂ ਕਦੀ ਉਜਾੜ ਵੀ ਆਉਂਦੀ ਹੈ ਉਦੋਂ ਵੀ ਉਹਦਾ ਭਾਣਾ ਹੈ, ਜਦੋਂ ਕਿਤੇ ਉਜਾੜ ਦੇ ਵਿੱਚੋਂ ਰਾਹ ਲੱਭਦਾ ਹੈ ਉਦੋਂ ਵੀ ਉਹਦਾ ਭਾਣਾ ਹੈ, ਜਨਮ ਵੇਲੇ ਵੀ ਭਾਣਾ ਹੈ ਤੇ ਮਰਨ ਵੇਲੇ ਵੀ ਭਾਣਾ ਹੈ। ਉਜਾੜ ਵੇਲੇ ਵੀ ਭਾਣਾ ਹੈ, ਸੁੱਖ ਵੇਲੇ ਵੀ ਭਾਣਾ ਹੈ, ਦੁੱਖ ਵੇਲੇ ਵੀ ਭਾਣਾ ਹੈ। ਸਤਿਗੁਰੂ ਜੀ ਕਹਿੰਦੇ ਜਨਮ ਵੀ ਸਾਡੇ ਭਾਣੇ ਵਿੱਚ ਹੋਇਆ ਹੈ, ਜਾਂ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਜਨਮ ਵੀ ਸਾਡਾ ਭਾਣੇ ਵਿੱਚ ਹੋਇਆ ਹੈ ਤੇ ਮੌਤ ਵੀ ਸਾਡੀ ਭਾਣੇ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਹਨ ਭਾਣੇ ਉਜਰ ਭਾਣੇ ਰਾਹਾ ਭਾਣੇ ਹਰ ਗੁਣ ਗੁਰਮੁਖ ਗਵਾਹਾ, ਭਾਣੇ ਵਿੱਚ ਹੀ ਉਜਾੜ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਦਾਂ ਪਰਮਾਤਮਾ ਨੇ ਕੀਤਾ ਹੈ ਉਹਦੇ ਮੁਤਾਬਕ ਜਿਹੜਾ ਅੰਦਰੋਂ ਜੁੜਦਾ ਹੈ ਉਹਨੂੰ ਕਹਿੰਦੇ ਵੀ ਇਹ ਰਜਾ ਵਿੱਚ ਹੈ। ਔਰ ਸਤਿਗੁਰੂ ਜੀ ਕਹਿੰਦੇ ਰਜਾ ਤੋਂ ਬਾਅਦ ਹੁੰਦਾ ਹੈ ਤਸਲੀਮ। ਤਸਲੀਮ ਅਰਬੀ ਦਾ ਸ਼ਬਦ ਦਾ ਮਤਲਬ ਪੂਰੀ ਤਰ੍ਹਾਂ ਚੁੱਕ ਜਾਣਾ, ਵਾਹਿਗੁਰੂ ਜੋ ਤੂੰ ਕੀਤਾ ਹੈ ਜਿਸ ਠਾਕੁਰ ਸਿਉ ਨਾ ਹੀ ਚਾਰਾ ਤਾਂ ਤੋਂ ਕੀਤੇ ਸਦ ਨਮਸਕਾਰਾ। ਇਹ ਹਰ ਇੱਕ ਨਾਲ ਹੋਇਆ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਹਲੀ ਰੋਗ ਹੈ ਨਾ ਹੀ ਪਧਾਰ ਨਾਨਕ ਦੁਖੀਆ ਸਭ ਸੰਸਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ ਦੁੱਖ ਸਬਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਰਿਹਾ ਪਗ। ਇਹ ਹਰ ਇੱਕ ਨੂੰ ਮੌਤ ਆਈ ਹੈ, ਹਰ ਇੱਕ ਨੂੰ ਆਉਣੀ ਹੈ, ਕਦੋਂ ਆਉਣੀ ਇਹਦਾ ਕੋਈ ਪਤਾ ਨਹੀਂ। ਪਰ ਭਗਤ ਫਰੀਦ ਜੀ ਕਹਿੰਦੇ ਗੁਰਮੁਖਾ ਤੂੰ ਜਾਣ ਤੋਂ ਪਹਿਲਾਂ ਪਹਿਲਾਂ ਦਰਵੇ ਰੱਬ ਨਾਲ ਪਿਆਰ ਕਰ, ਏਦਾਂ ਇਹ ਜਿਹੜੀ ਖਲਕਤ ਹੈ ਉਹਦੇ ਨਾਲ ਸੇਵਾ ਕਰ ਜਿੱਦਾਂ ਦਰਖਤ ਦਾ ਸਿਰ ਜਿਹੜਾ ਉਹ ਜ਼ਮੀਨ ਤੇ ਹੈ। ਦਰਖਤ ਜਦੋਂ ਸ਼ਖੰਦ ਰੱਖਦਾ ਹੈ ਉਹਨੂੰ ਦਰਵੇਸ਼ ਕਿਹਾ ਜਾਂਦਾ ਹੈ। ਔਰ ਜਿਹੜਾ ਦਰਵੇਸ਼ ਹੋ ਗਿਆ ਉਹ ਕਹਿੰਦਾ ਹੈ ਕਾਗਾ ਕਰੰਗ ਢੋਲਿਆ ਸਗਲਾ ਖਾਇਆ ਪਾਸ, ਇਹ ਦੋਏ ਲੈਣਾ ਬਦਸ਼ੂ ਹੋ ਕੇ ਦੇਖਣ ਕੀ ਆਸ। ਭਗਤ ਪ੍ਰੀਤ ਜੀ ਕਹਿੰਦੇ ਵਾਹਿਗੁਰੂ ਜੀ ਕਿਰਪਾ ਕਰ, ਭਾਵੇਂ ਇਹਨਾਂ ਵਿਸ਼ਿਆਂ ਵਿਕਾਰਾਂ ਨੇ ਅੱਖਾਂ ਚ ਸਾਹ ਸੱਤਿਆ ਨਹੀਂ ਰਹਿਣ ਦਿੰਦੀ, ਪੈਰਾਂ ਚ ਸਾਹ ਸੱਤਿਆ ਨਹੀਂ ਰਹਿਣ ਦਿੰਦੀ, ਪਰ ਅਜੇ ਵੀ ਤੇਰੇ ਦਰਸ਼ਨਾਂ ਦੀ ਤਾਂਘ ਹੈ। ਇਸ ਇਹਨਾਂ ਨੇ ਇਸ ਚੀਜ਼ ਨੂੰ ਸਤਿਗੁਰਾਂ ਨੇ ਬੈਰਾਗ ਕਿਹਾ ਹੈ। ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਜਿਹਦੇ ਮਨ ਚ ਪ੍ਰੇਮ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਤਿੱਚਰ ਵਸੈ ਸਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾੜ, ਇਸ ਸਰੀਰ ਨੂੰ ਓਨਾ ਚਿਰ ਤੱਕ ਸੁੱਖ ਹੈ ਜਿੰਨਾ ਚਿਰ ਅੰਤ ਘਰ ਜੀਓ ਜੀਓ ਸਭ ਕਹਾਤ, ਜਿੰਨਾ ਚਿਰ ਤੱਕ ਸਰੀਰ ਚ ਕੰਤ ਵਸਦਾ ਹੈ ਉਹਨਾਂ ਚਿਰ ਤੱਕ ਸਾਰੇ ਜੀ ਜੀ ਕਹਿ ਕੇ ਬੁਲਾਉਂਦੇ ਹਨ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਕਹਿੰਦੇ ਜਦੋਂ ਇਹਦੇ ਵਿੱਚੋਂ ਬੋਲਣ ਵਾਲੀ ਚੀਜ਼ ਚਲੇ ਗਈ, ਸਤਿਗੁਰੂ ਜੀ ਕਹਿੰਦੇ ਕਿਸੇ ਨੇ ਬਾਤ ਨੀ ਪੁੱਛਣੀ, ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਕਰ ਕੀ, ਕਹਿੰਦੇ ਪੇਜੜੈ ਸਭ ਸੇਵ ਤੂੰ ਸਾਹੁਰ ਲੈ ਸੁਖ ਵਸ, ਕਹਿੰਦੇ ਵੀ ਇਹ ਸਾਰਿਆਂ ਦਾ ਪੇਕਾ ਕਰ ਹੈ, ਸਹੁਰੇ ਘਰ ਹਰ ਇੱਕ ਨੇ ਜਾਣਾ ਹੈ। ਤੇ ਗੁਰੂ ਰੂਪ ਸਾਧ ਸੰਗਤ ਜੀ ਇਸ ਕਰਕੇ ਗੁਰੂ ਦੇ ਕੋਲ, ਗੁਰੂ ਕੌਣ ਹੈ? ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਹ ਜੀਵਨ ਦੀ ਜਾਚ ਸਾਨੂੰ ਆਉਂਦੀ ਹੈ, ਕਿਉਂਕਿ ਗੁਰੂ ਰੂਪ ਸਾਧ ਸੰਗਤ ਜੀ ਦਾਸ ਬੇਨਤੀ ਕਰ ਰਿਹਾ ਸੀ ਕਿ ਇਸਤਰੀ ਜਿਹੜੀ ਹੈ ਬੀਬੀ ਪਹਿਲਾਂ ਬੇਟੀ ਦੇ ਰੂਪ ਵਿੱਚ ਵਿਚਰਦੀ ਹੈ, ਫਿਰ ਪਤਨੀ ਦੇ ਰੂਪ ਵਿੱਚ ਵਿਚਰਦੀ ਹੈ, ਤੇ ਫਿਰ ਮਾਂ ਦੇ ਰੂਪ ਵਿੱਚ ਵਿਚਰਦੀ ਹੈ। ਜਿਨ੍ਹਾਂ ਦਾ ਜਨਮ ਫਿਰੋਜ਼ਪੁਰ
माता विद्या भक्ति की कुख तो होया, एक नेक मां की कुख तो, क्योंकि माता जी चार भैन भरा सन, चंगे संस्कार देके माता जी विद्या भक्ति ने अपनी धी नूं पालिया, पाल के और दास समझदा है कि यह परिवार अपने आप नूं भागां वाला समझावेगा, क्योंकि गुरु नानक साहिब जी दी कुल विचों स्वर्गवासी सरदार भाग सिंह जी बेदी दास कहता है वो गली भी उन्हां दे नां ते है जिधर नूं माता जी का घर है, बाबा जी का घर है। भाग सिंह जी बेदी उन्हां समय विच डिप्टी कलैक्टर सन, जिस तों पता लगता है कि गुरु नानक साहिब जी के अंश वंश कोल रिजक दी कोई कमी नहीं सी। इस परिवार विच माता जी का आनंद कारज होया और दोवें जी गुरु सत संगत जी दास एक बेनती कर रहा है कि यह जिहड़ा आनंद कारज जां विआह हुंदा है ना, यह दो शरीरां दा मिलाप नहीं हुंदा, यह दो मनां दा मिलाप हुंदा है। पति ते पत्नी दा मन मिल जावे ते दुनिया च एदो वड्डा स्वर्ग नहीं है, ते पत्नी ते पति दा मन ना मिले ते दुनिया च एदो वड्डा नरक कोई नहीं है। ते धन बाबा नानक जी कहिंदे हन बाबुल के घर बेटड़ी बाली बाले हे, कहिंदे बाबुल दे घर धी जिहड़ी ओह गुड्डी गुड्डिया नूं प्यार करदी है, पर इक समां आउंदा है उस धी नूं अपने घर विचों विदिया होना पैंदा है, क्योंकि दस देख रहा है धार्मिक शख्सियतां राजनीतिक शख्सियतां दस नाम लैण लगे ते समां लगदा है। अंग्रेजी गुरु प्रताप सिंह जी होके गए हन, गुरु नानक साहिब जी कुल विचों बाबा दलजीत सिंह जी, मेरे शहीदां दे परिवार विचों वीर जी सरन सिंह जी, हरियाम सिंह जी और मेरे अति सत्कार जो सरदार मनमोहन सिंह जी, कालू बापू जी, उन्होंने बेटे सरदार रविकरण सिंह जी कालू साहब, मेरे वीर जी चंडीगढ़ तो आए हैं, बड़िया प्यार वाली रूह आई हैं। तो दस ने पांच दस मिनट होर भी याद करनी है आप जी के नाल, दस बेनती कर रहा सी कि बाबू ने जे तो कोई गलती करेगी तो नजरअंदाज कर दिता जाएगा, पर जो सहुरे घर जाके कोई गलती की उथे ममता करके प्यार नहीं मिलना, उथे चंगे गुणा करके प्यार मिलना है। ते गुरु नानक साहिब महाराज जी ने एक वारी देखिया सी एक मां अपनी धी नूं तेल चढ़ा रही सी, जदों अथरू आए ते गुरु नानक साहिब महाराज जी कहिंदे मां अथरू क्यों आए आ, कहिंदे आ बाबा अथरू इस करके आए हन क्योंकि यह मेरी धी भरावां नाल वड के चीज लैंदी सी, बीरा बीरा कर रही वीर पै कै राए, वीर चले कर अपने बहन मेरे जल जाए। भावे यह रिश्ता इस काया दा इस काया दी गल कीती गई है ते वीर कहा गया जीव आत्मा नूं, पर समझाया सानू संसार नूं संसारी जीवन नूं कहा गया है। कहिंदी वी भरावां नाल रल के सारी चीज लैंदी सी ते अज इहनूं तेल चढ़ गया है, तेल चढ़ गया ते इहदा मतलब है बाबा जी जे इहदा तेल चढ़ गया ते इहदियां लावां वी जरूर होणगियां। ਸਤਿਗੁਰੂ ਕਹਿੰਦੇ ਨੇ ਕਹਿੰਦੇ ਸੰਬੰਧ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਤੇਲ ਕਹਿੰਦੇ ਪ੍ਰੇਮ ਨੂੰ ਵੈਰਾਗ ਨੂੰ। ਸਤਿਗੁਰੂ ਜੀ ਕਹਿੰਦੇ ਸਾਡੀਆਂ ਤੇ ਲਾਵਾਂ ਉਦੋਂ ਹੀ ਹੋ ਗਈਆਂ ਜਦੋਂ ਸਾਡਾ ਜਨਮ ਹੋਇਆ। ਹੁਣ ਦੇਖੋ ਪਾਣੀ ਦੇ ਵਿੱਚ ਘੜਾ ਹੁੰਦਾ ਹੈ, ਪਹਿਲਾਂ ਉਹਦੇ ਚੋਂ ਇੱਕ ਬੂੰਦ ਨਿਕਲਦੀ ਹੈ, ਹੌਲੀ ਹੌਲੀ ਕਰਕੇ ਸਾਰਾ ਪਾਣੀ ਦਾ ਘੜਾ ਖਾਲੀ ਹੋ ਜਾਂਦਾ ਹੈ। ਤੇ ਗੁਰਮੁਖਾ ਘੜੇ ਨੂੰ ਤੇ ਤਰੇੜ ਕੁਝ ਦਿਨਾਂ ਬਾਅਦ ਆਉਂਦੀ ਹੈ, ਸਾਡੇ ਸਰੀਰ ਨੂੰ ਤੇ ਉਦੋਂ ਹੀ ਤਰੇੜ ਸ਼ੁਰੂ ਹੋ ਗਈ ਜਦੋਂ ਸਾਡਾ ਜਨਮ ਹੋਇਆ। ਜਿਦਨ ਸਾਡਾ ਜਨਮ ਹੋਇਆ ਪਹਿਲਾਂ ਸਾਹ ਤੇ ਉੱਥੇ ਨਹੀਂ ਨਿਕਲ ਗਿਆ, ਇਹ ਗਿਣਤੀ ਦੇ ਸਵਾਸ ਮਿਲਿਆ। ਦਾਸ ਦਾ ਆਪਣਾ ਵਿਚਾਰ ਹੈ ਕਿ ਜਨਮ ਤੋਂ ਹੀ ਮੌਤ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ। ਜਿੱਤ ਦਿਹਾੜੀ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਬੜੇ ਅਦਬ ਸਤਿਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਮਰਦਾਨਿਆ ਵੇਖ ਇਸ ਮਾਂ ਦਾ ਵੀ ਮਲਕਰ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਅਖੀਰ ਤੇ ਭਗਤ ਫਰੀਦ ਜੀ ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਤੇ ਗੁਰੂ ਰੂਪ ਸਾਹਿਬ ਸੰਗਤ ਜੀ ਦਾਸ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਸੀ ਕਿ ਪਤਨੀ ਦੇ ਰੂਪ ਵਿੱਚ ਅਤਿ ਸਤਿਕਾਰਯੋਗ ਮਾਤਾ ਜੀ ਸ੍ਰੀ ਸੁਦਰਸ਼ਨ ਬੇਦੀ, ਜਿਨ੍ਹਾਂ ਦਾ ਆਨੰਦ ਕਾਰਜ ਅਤਿ ਸਤਿਕਾਰਯੋਗ ਸਵਰਗਵਾਸੀ ਬਾਬਾ ਜੀ ਮਰਿਆਮ ਸਿੰਘ ਜੀ ਬੇਦੀ ਦੇ ਨਾਲ ਹੋਇਆ। ਪਰਮਾਤਮਾ ਨੇ ਕਿਰਪਾ ਕੀਤੀ, ਗੁਰੂ ਨੇ ਰਹਿਮਤ ਕੀਤੀ, ਪਰਮਾਤਮਾ ਨੇ ਤਿੰਨ ਬੇਟਿਆਂ ਦੀ ਦਾਤ ਬਖਸ਼ੀ। ਮੇਰੇ ਵੀਰ ਜੀ ਸਵਰਗਵਾਸੀ ਬਾਬਾ ਅਜੀਤ ਸਿੰਘ ਜੀ ਬੇਦੀ, ਐਗਰੋਗੇਟ ਪ੍ਰਧਾਨ ਜੀ ਬਾਬਾ ਪ੍ਰਵੀਰ ਸਿੰਘ ਜੀ ਬੇਦੀ ਔਰ ਬਾਬਾ ਮਨਦੀਪ ਸਿੰਘ ਜੀ ਬੇਦੀ, ਮਾਤਾ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਸਦਮੇ ਵੀ ਵੇਖੇ। ਦਾਸ ਨੂੰ ਪਤਾ ਹੈ ਜਦੋਂ ਉਹਨਾਂ ਦਾ ਬੇਟਾ ਚੜ੍ਹਾਈ ਕਰ ਗਿਆ, ਬੇਟੇ ਨੂੰ ਥੋੜੇ ਚਿਰ ਬਾਅਦ ਉਹਨਾਂ ਦੀ ਨੋਹ ਵੀ ਚਲਾਣਾ ਕਰ ਗਈ, ਫਿਰ ਆਪਣੀ ਅੱਖਾਂ ਦੇ ਨਾਲ ਉਹਨਾਂ ਨੇ ਆਪਣੀ ਸਭ ਤੋਂ ਪਿਆਰੀ ਧੀ ਗੁਰਿੰਦਰ ਕੌਰ ਨੂੰ ਵੀ ਤੋਰਿਆ। ਤਿੰਨ ਸਦਮੇ ਉਸ ਮਾਂ ਨੇ ਵੇਖੇ,
कुछ जिंदगी च बाबा जी ते घटनावां भी विचरियां ते जदों कोई घटना वापरी ते दास अपनी माता जी दे मिलने वास्ते गया ते चढ़दी कला च माता जी कहन लगे कि बाबा जी जिन्ना चिर तक मेरे साह च साह है मेरे पुत दा कोई वार नहीं डींगा हो सकता क्योंकि बाबा श्री चंद ते गुरु नानक साहब महाराज जी दे चरणा ते जाके मैं अरदास करदी हां। गुरु रुखसार संगत जी दास बेनती कर रहा सी विचरदियां अजे परिवार दियां जिम्मेवारियां निभाउणा कौंसलर भी बनाया कौंसलर बन के भी 2008 तों लैके 13 तक विचरे सोशल वर्कर समाज सेवक भी रहे हर कदे दुख सुख दे भाईवाल बन के इस संसार के विचरे हन और मेरे अति सत्कार जो भैन जी एक महीना लगभग बीमार हुए ते बीमारी के हालत विच मेरी भैन जी आ गुरु रुखसार संगत जी जिहड़ा समाज च विचरदे आ अपनिया मावा नूं संभालदा है। एक विद्वान दीआं बड़ियां सोहणियां पंक्तियां हन उह लिखदा है आप जी ने ध्यान नाल श्रवण कर लिया एकाग्रता दे नाल उहने पता की लिखिया है उह कहिंदा है तुर जावण इक वार ते मावा लभदियां नहीं एडियां कूड़ियां छावां जग ते लभदियां नहीं एडियां कूड़ियां छावां जग ते लभदियां नहीं तुर जावण इक वार ते मावा लभदियां नहीं तुर जावण इक वार ते मावा लभदियां नहीं पुत्र भावे लख जहान ते मंदाए पुत्र भावे लख जहान तो मंदाए मां आखण सारे जग तो चंगा है होर किसे तो इज दिशावां लभदियां नहीं तुर जावण इक वार ते मावां लभदियां नहीं तुर जावण इक वार ते मावां लभदियां नहीं मंदा टोक दिया मंदा मुंह चो बोल च निकले टोक दिया चंगी माड़ी थां तो मावा रोक दियां चंगी माड़ी थां तो मावा रोक दियां मुक्त चेटियां नेक सलावां लभदियां नहीं मुक्त चेटियां नेक सलावां लभदियां नहीं तुर जावण इक वार ते मावा लभदियां नहीं तुर जावण इक वार ते मावा लगदियां नहीं। अगे विद्वान लिखदा है मां दा शातर अंत विछोड़ा सहना है मां दा शातर अंत विछोड़ा सहना है आपे डिगणा आपे ही उठना पैणा है आपे डिगणा आपे उठना पैणा है मेरा पुत राजा फिर आवाजां लभदियां नहीं तुर जावण इक वार ते मावां लभदियां नहीं तुर जावण इक वार ते मावां लभदियां नहीं मैनूं किधरे नजर ना आवे जिस दी छां उडारी लै के रब ने सुरग बनाए करेठनियां छावां अखां दे विच नूर खुदा दा मुखदे रहण दुआवां गोदी दे विच मुख सभना सभरै वंजना सब मुकला बनहार नानक धन सुहागणी जिन शह नाल प्यार सब गुरु जी कृपा कर मैं इस समय ते इह जरूर बेनती करांगा मैं पहला भी बेनती कीती है कि मेरे सरकार जो बाबा जी परवीर सिंह जी जिन्हां दी पत्नी मेरे भैन जी हन ते जदों दास इहनां कोल गया ते कहिण के वीर जी मैं रोजाना अरदास करती सी कि सच्चे पातशाह मैनूं इह शक्ति बख्शी मैं अपनी मां दी सेवा कर सकां और परमात्मा ने इहदी भी सेवा भी थोड़ा चिर कराई है ते उहनां ने बड़ी सोहणी गल आखी कि सेवा करनी भी बड़ी औखी है सेवा करनी भी बड़ी औखी है ते सेवा थोड़ा चिर करवाई बाबा जी जिन्हां ने सानूं परमात्मा ने बल बख्शिया है असीं सेवा कीती है ਇਹ ਜੋ ਕੁਝ ਮਿਲਿਆ ਹੈ ਇੱਕ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇੱਕ ਉਸ ਮਾਂ ਦੀਆਂ ਅਸੀਸਾਂ ਦੇ ਨਾਲ ਮਿਲਿਆ ਹੈ ਸਤਿਗੁਰੂ ਜੀ ਕਿਰਪਾ ਕਰ ਜਿਸ ਨਾਲ ਦੱਸ ਕੇ ਬੇਨਤੀਆਂ ਕੀਤੀਆਂ ਹਨ ਮੇਰੇ ਸਤਿਕਾਰਯੋਗ ਜਿੰਦਾ ਰਵੀ ਸਿੰਘ ਜੀ ਸ਼ਾਹਪੁਰ ਮੈਂਬਰ
ਅੰਤਰਿੰਗ ਸ਼੍ਰੋਮਣੀ ਕਮੇਟੀ ਵੀਰ ਜੀ ਗੁਰਬੀਰ ਸਿੰਘ ਜੀ ਖਾਲਸਾ ਵਾਲੀ ਨੂੰ ਜਹਿਰਾ ਪ੍ਰੀਤ ਸਿੰਘ ਜੀ ਠੇਕਰ ਕੇ ਬਾਬਾ ਹਰਿੰਦਰ ਸਿੰਘ ਜੀ ਜੀ ਹੋਰ ਬੜੀਆਂ ਪਿਆਰ ਵਾਲੀਆਂ ਨੂੰ ਮਨ ਗੁਰੂ ਦੀ ਗੋਲ ਵਿੱਚ ਕਰਤਾ ਇਹ
समाया ज्योति का जो